ਜਿੱਥੇ ਇੱਕ ਪਾਸੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ, ਉੱਥੇ ਗੁਰਦਾਸਪੁਰ ਦਾ ਰਹਿਣ ਵਾਲਾ ਕਿਸਾਨ ਦਾ ਪੁੱਤਰ ਰਮੇਸ਼ ਸਲਾਰੀਆ ਕਰੀਬ 15 ਸਾਲ ਨੌਕਰੀ ਕਰਨ ਤੋਂ ਬਾਅਦ 1,00,000 ਰੁਪਏ ਮਹੀਨੇ ਦੀ ਨੌਕਰੀ ਛੱਡ ਕੇ ਪੰਜਾਬ ਆਇਆ ਅਤੇ ਉਸਨੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕੀਤੀ। ਇੱਕ ਸਫਲ ਕਿਸਾਨ ਬਣ ਕੇ ਉਭਰਿਆ ਅਤੇ ਬਾਕੀ ਕਿਸਾਨਾਂ ਦੇ ਲਈ ਵੀ ਮਿਸਾਲ ਬਣਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਮੇਸ਼ ਸਲਾਰੀਆ ਨੇ ਦੱਸਿਆ ਕਿ ਸ਼ੁਰੂ ਦੇ ਵਿੱਚ ਜਦੋਂ ਉਸਨੇ ਰਵਾਇਤੀ ਖੇਤੀ ਨਾ ਕਰਕੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ ਤਾਂ ਲੋਕਾਂ ਦੇ ਵੱਲੋਂ ਉਸਦਾ ਮਜ਼ਾਕ ਵੀ ਬਣਾਇਆ ਗਿਆ ਸੀ, ਲੇਕਿਨ ਉਸਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਅੱਜ ਉਸਦਾ ਕੰਮ ਨੌਕਰੀ ਨਾਲੋਂ ਕਈ ਹਿੱਸੇ ਜ਼ਿਆਦਾ ਚੰਗਾ ਕਮਾ ਰਿਹਾ। ਤੁਹਾਨੂੰ ਦੱਸ ਦਿੰਦੇ ਆ, ਰਮੇਸ਼ ਨੇ ਦੱਸਿਆ ਕਿ ਮੈਂ ਡਰੈਗਨ ਫਰੂਟ ਸਿੱਧਾ ਹੀ ਗ੍ਰਾਹਕਾਂ ਤੱਕ ਪਹੁੰਚਾਉਂਦਾ ਹਾਂ, ਜਿਸ ਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਰਵਾਇਤੀ ਫਸਲਾਂ ਛੱਡ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨ ਅਤੇ ਚੰਗੀ ਕਮਾਈ ਕਰ ਸਕਦੇ ਨੇ। ਹੋਰ ਕੀ ਕਹਿਣਾ ਸੀ ਇਸ ਕਿਸਾਨ ਦਾ, ਆਓ ਸੁਣਾਉਂਦੇ ਆ ਤੁਹਾਨੂੰ। ਮੇਰਾ ਨਾਮ ਰਮਨ ਹੈ ਜੀ, ਪਿੰਡ ਜੰਗਲ ਦਾ ਮੈਂ ਰਹਿਣ ਵਾਲਾ ਔਰ ਮੈਂ ਇੱਕ ਬੀਟੈਕ ਗ੍ਰੈਜੂਏਟ ਹਾਂ ਔਰ ਉਸ ਤੋਂ ਪਹਿਲੇ ਮੈਂ 15 ਸਾਲ ਐਜ਼ ਏ ਇੰਜੀਨੀਅਰ ਦਿੱਲੀ 'ਚ ਜੋਬ ਕੀਤੀ ਹੈ, ਦਿੱਲੀ ਮੈਟਰੋ ਦੇ ਵਿੱਚ। ਅਤੇ ਪਿਛਲੇ ਤਕਰੀਬਨ 4-4.5 ਸਾਲ ਤੋਂ ਮੈਂ ਡਰੈਗਨ ਫਰੂਟ ਦੀ ਖੇਤੀ ਕਰ ਰਿਹਾ ਜੀ। ਅਤੇ ਇਸ ਤੋਂ ਇਲਾਵਾ ਆਪਾਂ ਹੋਰ ਜਿਵੇਂ ਸਟ੍ਰੋਬੇਰੀ ਹੈ ਜਾਂ ਪਪੀਤਾ ਹੈ, ਇਸ ਤਰ੍ਹਾਂ ਦੀਆਂ ਹੋਰ ਵੀ ਕਾਫੀ ਫਸਲਾਂ ਜਿਹੜੀਆਂ ਆਪਾਂ ਉਗਾ ਰਹੇ ਹਾਂ। ਅਤੇ ਇਹ ਆਪਾਂ ਤਕਰੀਬਨ ਨਹੀਂ, ਮਤਲਬ ਕਿ ਆਪਾਂ 2018 ਸਟਾਰਟ ਕੀਤਾ ਸੀਗਾ ਡਰੈਗਨ ਫਰੂਟ, ਜਿਹੜਾ ਕਿ ਇੰਡੀਆ 'ਚ ਸਭ ਨਾਲੋਂ ਪਹਿਲੇ ਸਾਡੇ ਗੁਜਰਾਤ ਸਟੇਟ 'ਚ ਹੀ ਸਟਾਰਟ ਹੋਇਆ ਸੀਗਾ। ਅਤੇ ਮੈਂ ਪਹਿਲੇ ਉੱਥੇ ਵਿਜ਼ਿਟ ਕੀਤਾ 2-3 ਵਾਰ, ਕਿਉਂਕਿ ਇੱਕ ਨਵੀਂ ਚੀਜ਼ ਸੀਗੀ, ਆਪਾਂ ਤਾਂ ਦੇਖਿਆ ਹੀ ਸੀਗਾ ਕਿ ਇਹ ਬਾਹਰੋਂ ਆਉਂਦਾ ਹੈਗਾ, ਮਤਲਬ ਕਿ ਆਪਾਂ ਡੇਲੀ ਦੇਖਦੇ ਸੀਗੇ ਕਿ ਫਰੂਟ, ਸਾਨੂੰ ਤਾਂ ਨਾਮ ਵੀ ਨਹੀਂ ਸੀ ਇਸ ਚੀਜ਼ ਦਾ ਪਤਾ ਕਿ ਕੀ ਹੈਗਾ। ਉੱਥੇ ਆਪਾਂ ਦੇਖਿਆ, ਫਿਰ ਥੋੜ੍ਹਾ ਇਹਨੂੰ ਉਸ ਚੀਜ਼ 'ਤੇ ਰਿਸਰਚ ਕੀਤਾ ਵੀ ਇਹ ਕਿੱਥੋਂ ਆਉਂਦਾ, ਤਾਂ ਪਤਾ ਲੱਗਿਆ ਵੀ ਇਹ ਇੰਡੀਆ 'ਚ ਹਜੇ ਮਤਲਬ ਕਿ 1-1.5 ਸਾਲ ਹੀ ਹੋਇਆ ਇੰਡੀਆ 'ਚ ਆਏ ਨੂੰ ਔਰ ਗੁਜਰਾਤ ਨੇ ਹੀ ਸਾਨੂੰ ਪਹਿਲਾਂ ਸਟਾਰਟ ਕੀਤਾ ਹੈਗਾ। ਉੱਥੇ ਕੁਛ ਫਾਰਮ ਇਹਦੇ ਸੈੱਟ ਹੋਣਾ ਸ਼ੁਰੂ ਹੋ ਗਏ ਆ। ਅਤੇ ਫਿਰ ਆਪਾਂ ਗੁਜਰਾਤ ਗਏ ਸੀਗੇ, ਉੱਥੇ ਦੇਖ ਕੇ ਆਏ ਕਿਵੇਂ ਕਿਵੇਂ ਸਟਾਰਟ ਹੁੰਦਾ, ਕੀ ਕੀਤਾ ਜਾਂ ਮਤਲਬ ਕਿਵੇਂ ਉਸ ਦੀ ਸਾਰੀ, ਮਤਲਬ ਕਿ ਆਪਾਂ ਉੱਥੋਂ ਜਿਹੜੀ ਸਿੱਖਿਆ ਆਪਾਂ ਉੱਥੋਂ ਸਿੱਖਿਆ। ਫਿਰ ਆਪਾਂ ਕੋਸ਼ਿਸ਼ ਕੀਤੀ ਕਿ ਆਪਾਂ ਉੱਥੋਂ ਪਲਾਂਟਸ ਲਿਆਈਏ ਅਤੇ ਆਪਣੇ ਘਰਦਿਆਂ ਨਾਲ ਥੋੜ੍ਹਾ ਰਾਬਤਾ ਕੀਤਾ। ਅਤੇ ਮੈਂ ਜੋਬ ਛੱਡੀ ਅਤੇ ਆਪਾਂ ਇਸ ਫੀਲਡ 'ਚ ਆ ਗਏ, ਫਾਰਮਿੰਗ ਦੇ ਫੀਲਡ 'ਚ। ਅਤੇ ਪਹਿਲੇ ਮੈਂ ਤਕਰੀਬਨ 4 ਕਨਾਲਾਂ 'ਚ ਆਪਾਂ ਸਟਾਰਟ ਕੀਤਾ ਅਤੇ 1,000 ਕੁ ਪਲਾਂਟਸ ਆਪਾਂ ਉੱਥੋਂ ਮੰਗਵਾਏ ਸੀਗੇ ਗੁਜਰਾਤ ਤੋਂ, ਅਤੇ ਉਸ ਤੋਂ ਸਟਾਰਟ ਕੀਤੇ। ਹੁਣ ਆਪਾਂ ਇਸ ਤੋਂ 3 ਫਸਲਾਂ ਅੱਜ ਦੀ ਡੇਟ ਤੱਕ ਲੈ ਚੁੱਕੇ ਹਾਂ, ਜਿਹੜੇ ਫਰੂਟ ਦੀਆਂ ਆਪਾਂ 3 ਫਸਲਾਂ ਲੈ ਲਈਆਂ ਅਤੇ ਬੜਾ ਅੱਛਾ ਚੱਲ ਰਿਹਾ ਇਸ ਟਾਈਮ। ਜੇ ਗੱਲ ਇਹਦੇ ਕਰੀਏ, ਇਹਦੇ ਬੀਜ ਲੱਗਦੇ ਨੇ ਜਾਂ ਫਿਰ ਬੂਟੇ ਲਗਾਉਣੇ ਪੈਂਦੇ? ਨਹੀਂ, ਇਹਦੇ ਬੂਟਾ ਲੱਗਦਾ ਜੀ, ਜਿਹਨੂੰ ਆਪਾਂ ਮਤਲਬ ਕਿ ਆਪਾਂ ਤੁਸੀਂ ਮੈਂ ਦੇਖ ਰਹੇ ਹੋ ਅਤੇ ਤਕਰੀਬਨ ਇੱਕ ਫਿੱਟ ਦੇ ਕਰੀਬ ਦਾ ਬੂਟਾ ਹੁੰਦਾ, ਉਹ ਇੱਕ ਵਾਰ ਹੀ ਲੱਗਦਾ ਹੈਗਾ ਅਤੇ ਉਹ ਇੱਕ ਪਿੱਲਰ ਨਾਲ 4 ਲੱਗਦੇ ਨੇ ਅਤੇ ਤਕਰੀਬਨ 25-30 ਸਾਲ ਚੱਲਦੇ ਹੈ। ਕਿੱਥੋਂ ਮਿਲਦਾ ਭਾਜੀ ਜੇ ਕੋਈ ਲੈਣਾ ਚਾਹੇ? ਤੇ ਦੇਖੋ, ਹੁਣ ਤਾਂ ਨਰਸਰੀ ਪੰਜਾਬ 'ਚ ਵੀ ਕਾਫੀ ਲੋਕ ਤਿਆਰ ਕਰ ਰਹੇ ਨੇ ਅਤੇ ਪਹਿਲਾਂ ਸੀਗਾ ਜੀ, ਪਹਿਲੇ ਤਾਂ ਜਿਵੇਂ ਗੁਜਰਾਤ 'ਚ ਆਏ ਸੀ, ਗੁਜਰਾਤ ਵਾਲਿਆਂ ਨੇ ਵੀ ਬਾਹਰੋਂ ਇੰਪੋਰਟ ਕਰਵਾਏ ਸੀਗੇ ਅਤੇ ਹੁਣ ਤੁਹਾਨੂੰ ਨਰਸਰੀ ਜਿਵੇਂ ਆਪਾਂ ਵੀ ਤਿਆਰ ਕਰਦੇ ਹਾਂ, ਕੋਈ ਚਾਹੇ ਤਾਂ ਉੱਥੋਂ ਵੀ ਲੈ ਸਕਦਾ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈ। ਪੰਜਾਬ 'ਚ ਹੋਰ ਵੀ ਲੋਕ ਹੈ, ਉਹ ਵੀ ਤਿਆਰ ਕਰ ਰਹੇ ਨੇ ਜਾਂ ਗੁਜਰਾਤ 'ਚ ਵੀ ਕਰ ਰਹੇ ਨੇ, ਕੁਛ ਲੋਕ ਤਾਂ ਬਾਹਰੋਂ ਵੀਅਤਨਾਮ 'ਚ ਵੀ ਇੰਪੋਰਟ ਕਰਵਾ ਰਹੇ ਨੇ, ਉਹ ਆਪਣੀ ਇੱਕ ਮਰਜ਼ੀ ਹੈਗੀ ਜੀ। ਕਿਵੇਂ ਮਨ ਵਿੱਚ ਆਇਆ, ਕਿਉਂਕਿ ਇੱਕ ਸੈਲਰੀ ਪੈਕੇਜ ਤੁਹਾਡਾ ਸੈੱਟ ਸੀ, 15 ਸਾਲ ਤੁਸੀਂ ਨੌਕਰੀ ਕੀਤੀ ਜੀ, ਫਿਰ ਕਿੰਨਾ ਕੁ ਜ਼ਿਆਦਾ ਔਖਾ ਹੋਇਆ ਉਹ ਦੁਬਾਰਾ ਕੰਮ ਸਾਰਾ ਛੱਡ ਕੇ ਇੱਥੇ ਇਨਵੈਸਟ ਕਰਨਾ ਅਤੇ ਫਸਲ ਕਰਨਾ? ਦੇਖੋ, ਟੋਟਲੀ ਡਿਫਰੈਂਟ ਹੈਗਾ ਫਾਰਮਿੰਗ ਦਾ ਜੋਬ ਤੁਸੀਂ ਇੱਕ ਬਹਿ ਕੇ ਇੱਕ ਟੇਬਲ 'ਤੇ ਜੋਬ ਕਰਨੀ ਹੈਗੀ ਹੈ, ਇਹਦੇ 'ਚ ਤੁਹਾਨੂੰ ਸਾਰਾ ਟਾਈਮ ਦੇਣਾ ਪੈਣਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਚੀਜ਼ ਮਤਲਬ ਕਿ ਆਪਣੇ ਹੱਥ ਤੋਂ ਹੀ ਕਰਨੀ ਪੈਣੀ ਹੈਗੀ ਹੈ। ਅਤੇ ਇੱਕ ਡਿਸੀਜਨ ਔਖਾ ਤਾਂ ਹੁੰਦਾ ਹੀ ਹੈ ਜੀ, ਕੋਈ ਵੀ ਆਪਾਂ ਟੋਟਲੀ ਮਤਲਬ ਡਿਫਰੈਂਟ ਚੀਜ਼ ਹੈਗੀ ਹੈ, ਬਟ ਕੁਛ ਕੰਡੀਸ਼ਨ ਇਹਨੇ ਵੀ ਬਣੀਆਂ ਕਿ ਆਪਾਂ ਨੂੰ ਇੱਕ ਡਿਸੀਜਨ ਲੈਣਾ ਪਿਆ। ਅਲਟੀਮੇਟਲੀ ਆਪਾਂ ਇਸ ਚੀਜ਼ 'ਚ ਆਏ ਔਰ ਆਪਾਂ ਹੁਣ ਇਸ ਟਾਈਮ ਫੁੱਲ ਟਾਈਮ ਫਾਰਮਿੰਗ ਕਰ ਰਹੇ ਹਾਂ। ਬੂਟਾ ਲਗਾਉਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਜਿਹੜੇ ਫਲ ਤਿਆਰ ਹੋ ਜਾਂਦਾ ਹੈ? ਦੇਖੋ, ਫਲ ਤਾਂ ਅਗਰ ਆਪਾਂ ਮਾਰਚ ਅਪ੍ਰੈਲ ਦੇ ਵਿੱਚ ਲਗਾਉਂਦੇ ਹਾਂ ਬੂਟਾ, ਤਾਂ ਨੈਕਸਟ ਈਅਰ ਤੁਹਾਨੂੰ ਫਰੂਟ ਦੇਖਣ ਨੂੰ ਮਿਲ ਜਾਣਗੇ, ਟੇਸਟ ਫਰੂਟ। ਮਤਲਬ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਵੇਚਣ ਲਈ ਨਹੀਂ, ਲੇਕਿਨ ਜਿਵੇਂ ਬੂਟਾ ਦੇਖ ਰਹੇ ਅਗਰ ਮਾਰਚ ਅਪ੍ਰੈਲ ਦਾ ਜਾਂ ਮਾਰਚ ਅਪ੍ਰੈਲ 'ਚ ਲੱਗਿਆ ਹੋਇਆ, ਤਾਂ ਨੈਕਸਟ ਈਅਰ 2-4 ਫਰੂਟ ਤੁਹਾਨੂੰ ਦੇਖਣ ਲਈ ਜ਼ਰੂਰ ਮਿਲਣਗੇ ਉੱਥੇ, ਅਤੇ ਪ੍ਰੋਫੈਸ਼ਨਲੀ 2 ਸਾਲ ਤੋਂ ਬਾਅਦ ਅੱਛਾ ਫਰੂਟ ਆਉਣਾ ਸ਼ੁਰੂ ਹੋ ਜਾਂਦਾ। ਫਰੂਟ ਦੇ ਕੀ ਕੀ ਫਾਇਦੇ ਨੇ ਆਮ ਲੋਕਾਂ ਨੂੰ, ਕੀ ਕੀ ਫਾਇਦਾ ਹੋਏਗਾ ਖਾਣ ਨੂੰ? ਇੱਕ ਸਾਡੀ ਇਮਿਊਨਿਟੀ ਵਧਾਉਂਦਾ ਹੈਗਾ, ਜਿਹਨੂੰ ਆਪਾਂ ਇਮਿਊਨਿਟੀ ਸਟਰੋਂਗਰ ਕਹਿ ਦਿੰਦੇ ਹਾਂ, ਠੀਕ ਹੈ ਜੀ। ਦੂਸਰਾ ਇਹਦੇ 'ਚ ਫਾਈਬਰ ਹੁੰਦਾ, ਠੀਕ ਹੈ ਜੀ, ਐਂਟੀ ਆਕਸੀਡੈਂਟ ਹੁੰਦਾ, ਔਰ ਉਸ ਤੋਂ ਇਲਾਵਾ ਇਹ 'ਚ ਵਿਟਾਮਿਨਸ ਕਾਫੀ ਨੇ ਜਿਹੜੇ ਕਿ ਸਾਡੇ ਸਰੀਰ ਨੂੰ ਫਾਇਦਾ ਦਿੰਦੇ ਨੇ, ਜਿਵੇਂ ਕਿ ਹੁਣ ਸਾਨੂੰ ਖਾਣ 'ਚ ਮਿੱਠਾ ਹੈਗਾ, ਠੀਕ ਹੈ ਜੀ, ਜਿਹੜਾ ਬਾਹਰੋਂ ਆਉਂਦਾ ਉਹ ਫਿੱਕਾ ਹੈਗਾ,
ठीक है जी। और दूसरा वह सारे ड्रॉबैक है कि 3 से 4 महीने नॉर्मली पुराना होंगे क्योंकि वह वियतनाम तो चलना कंटेनर से आया दिल्ली आया या बॉम्बे आया शिप तो मंडी चलना मंडी चो गुरदासपुर आया गुरदासपुर तो फिर दुकान है और तकरीबन तुम देखो 4 से 5 महीने पुराना होंगे टेस्ट नहीं होंगे एक फ्रैश फ्रूट सू मिलता और अच्छे बेनीफिट्स ने फल जी वेचने में कोई प्रॉब्लम आई बाद सेल करने नहीं जी मैनू तो कोई दिक्कत नहीं आई सर इन सेल करने सेल कर देखो अज सोशल मीडिया जमाना है जी ठीक है जी सोशल मीडिया तो एक अच्छा प्लेटफॉर्म है तुम अपनी चीज़ में प्रमोट कर सकते हो वट्सएप ग्रुप एक ऐसे ने तुम अपने नियर डीयर सारे इस चीज़ में प्रमोट करो ठीक है जी। दूसरी एक अच्छी सोसाइटी जिमें कि शहर लोग जो इन खाना पसंद करते हैं जोड़ा बहर का फिक्का लगे खा रहे तुम उन्होंने अपना टेस्ट करवाओ तो अच्छा मैंने तो कोई नहीं ज़्यादा दिक्कत नहीं आई जी ये इन खेती छोटा मोटा किसान भी कर सकता या वड्डा किसान ही कर सकता है नहीं छोटा भी कर सकता जी छोटा तो देखो ना हम ये 10 फुट का फासला खाली है ये अपना तुम कोई भी अपने छोटी फसलों लगा के तुम ये भी मल्टीक्रॉप करो मैं भी खुद भी करता हमने अपने तो अपने फुलों की खेती की फुलों का सीजन हो गया हम खत्म करते दोबारा फिर आप कुछ लगाऊंगा की संदेश देना चाहोगे आम किसानों जो रिवायती फसलों में फस चुके देखो अपना संदेश तो यही है जी आप यही कहोंगे कि आप सरकार पर निर्भर ना रहिए जी मतलब कि कोई भी चीज़ हैगी है जिमें तुम पहले दस ही रहा है कि सरकार मतलब कह दें जिमें आप झोने बहुत ज़्यादा बीमारी सी इस बार कुछ इलाके तो ऐसे है साढ़े माझे कि पूरे तो पूरे ही खत्म हो गए सरकार ने गुरदौरी करवाती है जी मुआवजा का 1 रुपया भी नहीं मिले है तो जी आप हट के उन्होंने चीज़ों तो जाइए तो कुछ आप मिक्स जी फार्मिंग करिए जिसे सू मतलब कि सारे सोर्स ऑफ इनकम बढ़ जाएंगे और सरकार के उपर निर्भर ना रह के अपने प्लेटफॉर्म क्रिएट करिए जिमें FPO है गए किसान समूह संस्था है आप रल के उन्होंने चीज़ों के पिछले एक प्लेटफॉर्म तैयार करिए जिस तो सूँ एक अच्छा मुनाफा मिल सके धन्यवाद।